ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਜਿਹੜੇ ਮਾਨਸੇ ਜ਼ਿਲ੍ਹੇ ਦਾ ਨੌਜਵਾਨ ਅਮਰਿਤਪਾਲ ਉਹਨੂੰ ਲੋਕ ਕਹੀ ਜਾਂਦੇ ਛੀਦ ਹੋ ਗਿਆ ਕਾਦਾ ਛੀਦ ਹੋ ਗਿਆ ਸ਼ਹੀਦ ਤਾਂ ਹੋਇਆ ਹੀ ਨਹੀਂਗਾ ਜੇਕਰ ਲੋਕ ਕਹਿੰਦੇ ਵੀ ਸ਼ਹੀਦ ਹੋਇਆ ਪਹਿਲਾਂ ਮੈਂ ਗੱਲ ਸੁਣਾਉਂਗਾ ਮਿੰਟਕ ਦੀ ਉਦੋਂ ਬਾਅਦ ਸ਼ਹੀਦ ਦੱਸੋ ਜੇ ਤੁਸੀਂ ਵੀ ਹੈਗਾ ਜਾਂ ਨਹੀਂ ਹੈਗਾ ਇੱਕ ਵਾਰੀ ਕੀ ਹੋਇਆ ਕਿ ਕੋਈ ਜਿਹੜਾ ਗਰੀਬ ਬੰਦਾ ਸੀ ਦਿਹਾੜੀਦਾਰ ਉਹਦੇ ਤਿੰਨ ਕੁੜੀਆਂ ਇੱਕ ਮੁੰਡਾ ਸੀ ਸਾਰਿਆਂ ਤੋਂ ਛੋਟਾ ਚਾਰਤਾ ਉਹ ਬੱਚੇ ਹੀ ਹੋ ਗਏ ਤੇ ਦੋ ਦਾ ਮਾਪੇ ਤੇ ਦੋਨੇ ਜੀ ਉਹ ਆਪ ਲਗਭਗ ਅੱਠ ਜੀਆਂ ਦਾ ਜਿਹੜਾ ਖਰਚਾ ਸੀ ਉਹ ਇਕੱਲੇ ਦੇ ਸਿਰ ਤੇ ਸੀਗਾ ਉਹ ਕਰਦੇ ਕਰਾਉਂਦੇ ਕੋਈ ਉਹਨੂੰ ਦਿਹਾੜੀ ਲੈ ਗਿਆ ਨਲਕਾ ਲਵਾਉਣਾ ਸੀ ਜਦੋਂ ਜਿਹੜੇ ਦਿਹਾੜੀ ਲੈ ਜਿਨ੍ਹਾਂ ਨੇ ਨਲਕਾ ਲਵਾਉਣਾ ਸੀ ਉਹਨਾਂ ਦੀ ਆਪਸ ਵਿੱਚ ਪਰਿਵਾਰ ਦੀ ਬੰਦ ਹੀ ਨਹੀਂ ਸੀਗੀ ਉਹਨਾਂ ਨੇ ਇਟਾਂ ਚੱਕੀਆਂ ਦਿਹਾੜੀਦਾਰ ਉੱਥੇ ਨਲਕਾ ਲਾਉਣ ਲੱਗਿਆ ਉਹ ਬੁੜੀ ਆਈ ਉਹਨਾਂ ਦੀ ਰੱਕੇ ਬੁੱਲਾ ਥੱਲੇ ਹੱਥ ਕਹਿੰਦੀ ਨਾ ਨਾ ਇੱਥੇ ਨਹੀਂ ਲਾਉਣਾ ਉਹ ਉੱਥੇ ਲਾਉਣਾ ਨਲਕਾ ਉਹ ਦਿਹਾੜੀਦਾਰ ਨੇ ਇਟਾਂ ਚੱਕ ਕੇ ਉੱਥੇ ਰੱਖ ਤਾ ਮੁੰਡਾ ਏ ਉਹਨਾਂ ਦਾ ਉਹਨੇ ਲੈ ਕੇ ਕੱਛਾਂ 'ਚ ਹੱਥ ਕਹਿੰਦਾ ਨਲਕਾ ਇੱਥੇ ਨਹੀਂ ਲਾਉਣਾ ਨਲਕਾ ਇੱਥੇ ਲਾਉਣਾ ਜਦੋਂ ਉਹ ਚੱਕ ਕੇ ਟੋਂ ਉੱਥੇ ਇੱਥੇ ਲੈ ਆਇਆ ਜਦੋਂ ਇੱਥੋਂ ਇਟਾ ਇੱਥੇ ਰੱਖਣੀ ਲੱਗਿਆ ਨਲਕੇ ਵਾਲਾ ਕਹਿੰਦਾ ਲੈ ਵੀ ਨੱਪ ਦੋ ਕਿੱਲੀ ਉਹਦਾ ਨਾਲ ਦੇਣਾ ਬੰਦਾ ਕਹਿੰਦਾ ਨਹੀਂ ਨਹੀਂ ਨਲਕਾ ਇੱਥੇ ਲਾਉਣਾ ਇੱਥੇ ਤੋਂ ਉੱਥ ਆਖਰ ਨੂੰ ਸ਼ਾਮ ਤੇ ਸ਼ਾਮ ਨੂੰ ਰਾਤ ਹੋ ਗਈ ਜਦੋਂ ਰਾਤ ਹੋ ਗਈ ਉਹ ਤਾਂ ਦਿਹਾੜੀ ਦਾਰ ਬੰਦਾ ਸੀ ਸੱਜਰੀ ਤੇ ਗੁਜ਼ਾਰਾ ਸੀ ਉਹ ਆਂਦਾ ਜੀ ਮੇਰੀ ਦਿਹਾੜੀ ਦੇ ਪੈਸੇ ਉਹ ਨਲਕਿਆਂ ਵਾਲੇ ਕਹਿੰਦੇ ਪੈਸੇ ਕਹਦੇ ਜਿਨ੍ਹਾਂ ਨੇ ਘਰੇ ਨਾਲ ਕਲਵਾਉਣਾ ਸੀ ਕਹਿੰਦਾ ਮਾਲਕੋ ਮੈਂ ਤਾਂ ਤੜਕੇ ਦਾ ਫਿਰਦਾ ਇੱਥੇ ਤੁਹਾਡੇ ਨਾਲ ਕਹਿੰਦੇ ਨਲਕਾ ਤਾਂ ਲੱਗਿਆ ਨਹੀਂਗਾ ਕਿ ਦਿਹਾੜੀ ਤੇਰੀ ਕਾਦੀ ਉਹ ਗੱਲ ਹੋਣ ਇੱਥੇ ਆ ਜਿਹੜਾ ਅਮਰਤਪਾਲ ਨੌਜਵਾਨ ਆ ਉਹ ਇਹਦੇ ਨਾਲ ਹੋਈ ਪਈਆ ਉਹ ਭਲਿਓ ਮਾਨਸੋਏ ਮੈਂ ਗੱਲ ਸੁਣਾਈ ਕਿਉਂ ਆ ਮੈਂ ਗੱਲ ਸੁਣ ਕੇ ਟਿਆਂ ਭਗਵਾਨ ਤਮਾਮ ਦੀ ਉਹ ਕਹਿੰਦਾ ਕਿ ਭਾਵੇਂ ਨੌਜਵਾਨ ਨੂੰ ਹਟ ਐਕਾਇਆ ਭਾਵੇਂ ਜੋ ਮਰਜੀ ਹੋਇਆ ਗਿਆ ਤੋ ਡਿਊਟੀ ਤੇ ਸੀ ਨਾ ਅਸੀਂ ਤਾਂ ਪਹਿਲਾਂ ਹੀ ਵਿਰੋਧ ਕਰਦੇ ਸੀ ਇਹਨਾਂ ਚੀਜ਼ਾਂ ਦਾ ਤੇ ਮੈਂ ਇਹਨਾਂ ਦੇ ਫੌਜ ਦੇ ਜਿਹੜੇ ਫੌਜਦਾਰ ਆ ਉਹਨਾਂ ਅੱਗੇ ਵੀ ਇਹ ਜਿਹੜਾ ਕਹ ਲੋ ਵੀ ਜਿਹੜਾ ਜਿਹੜਾ ਰੋਸ ਪ੍ਰਗਟ ਕਰੂੰਗਾ ਉਹਨਾਂ ਸਾਹਮਣੇ ਵੀ ਤੇ ਸਰਕਾਰ ਨਾਲ ਵੀ ਗੱਲ ਕਰਾਂਗੇ ਨੰਬਰ ਇਹ ਮੈਂ ਬਾਅਦ ਚ ਗੱਲ ਕਰਦਾ ਹੁਣ ਮੈਂ ਗੱਲ ਕਰ ਲੱਗਿਆ ਛੇਵਸਣ ਵਾਲਿਆਂ ਨੂੰ ਹੁਣ ਮੈਂ ਗੱਲ ਕਰ ਲੱਗਿਆ ਸਾਡੀ ਸਰਕਾਰ ਨੂੰ ਕਿ ਜਦੋਂ ਮੈਂ ਫੇਸਬੁੱਕ ਤੇ ਵੇਖਿਆ ਕਿ ਇੱਕ ਨੌਜਵਾਨ ਜਿਹਦੀਆਂ ਭੈਣਾ ਉਹਦੀ ਅਰਥੀ ਚੱਕੀ ਜਾਂਦੀਆਂ ਤੇ ਭਲਿਓ ਮਾਨਸੋ ਤੁਹਾਨੂੰ ਉਹਨਾਂ ਤੇ ਤਰਸ ਨਹੀਂ ਆਇਆ 19 ਸਾਲ ਦੇ ਲਗਭਗੋ ਨੌਜਵਾਨ ਦੀ ਉਮਰ ਹੋਵੇ 19 ਸਾਲਾਂ ਦਾ ਹੋਵੇ ਤੇ 19 ਸਾਲਾਂ ਤੋਂ ਜਾ ਕੇ ਦੇਸ਼ ਦੀ ਰੱਖਿਆ ਕਰਨ ਵਾਸਤੇ ਜਾਂਦਾ ਰਿਹਾ ਹੋਵੇ ਤੇ ਉਹ ਪੜਾ ਜਿਹੜੇ ਮਰਜੀ ਆ ਉਹ ਨਲਕੇ ਵਾਲਾ ਕੰਮ ਉਹ ਤਾਂ ਭਾਈ ਸ਼ਹੀਦ ਹੀ ਮੰਨਿਆ ਜਾਊਗਾ ਤੇ ਮੈਂ ਜਦੋਂ ਵੇਖਿਆ ਉਹ ਕਹਿੰਦੇ ਜੀ ਪ੍ਰਾਈਵੇਟ ਐਂਬੂਲੈਂਸ ਆਈ ਆ ਆ ਫੇਸਬੁੱਕ ਤੇ ਦੱਸੀ ਜਾਂਦੇ ਆ ਦੋ ਫੌਜੀ ਆਏ ਆ ਸਿਵਲ ਤੇ ਉਹਨਾਂ ਨੇ ਕੀ ਕਹਿੰਦੇ ਜੀ ਸਾਡੇ ਤਾਂ ਕਾਨੂੰਨ ਵਿੱਚ ਹੀ ਆਣੀ ਕਹਿੰਦਾ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਖਾਲੀ ਹੱਥ ਹੀ ਗਿਆ ਸਕੰਦਰ ਆਖਰ ਉਹ ਇੱਥੇ ਭਰ ਕੇ ਕਿਹਨੇ ਲੈ ਕੇ ਜਾਣਾ ਮੈਂ ਤੁਹਾਨੂੰ ਇਹ ਕਹਿਣਾ ਕਿ ਇਹ ਕੱਲੇ ਇਹ ਜਿਹੜਾ ਅਮਰਤਪਾਲ ਨੌਜਵਾਨ ਆ ਇਹਦੀ ਗੱਲ ਨਹੀਂ ਗਈ ਉਹ ਭਲੇ ਉਹ ਮਾਨਸੋ ਨਾ ਤਾਂ ਕੋਈ ਆਰਮੀ ਦੇ ਵਿੱਚ ਅੱਜ ਕੋਈ ਭਰਤੀ ਹੋ ਗਿਆ ਇਹ ਥੋੜਾ ਵੀ ਅੱਗੇ ਤੋਂ ਬਾਅਦ ਕੋਈ ਭਰਤੀ ਨਹੀਂ ਹੋਣਾ ਜਿਹੜੇ ਐਨੇ ਨੌਜਵਾਨ ਸਾਡੇ ਲੱਗੇ ਆ ਪ੍ਰਮਾਤਮਾ ਕਰੇ ਕਿ ਕੋਈ ਨੌਜਵਾਨ ਸ਼ਹੀਦ ਨਾ ਹੋਵੇ ਕਿਉਂਕਿ ਪੱਤਰਕਾਰ ਸਾਹਮਣੇ ਮੈਕ ਟੋਨ ਦਿੰਦੇ ਆ ਅਗਲੇ ਦੇ ਨਾਸਾਂ ਚ ਕਹਿਣਗੇ ਕਿਵੇਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਵੀ ਤੁਹਾਡਾ ਜਿਹੜਾ ਮੈਂ ਸਾਰੇ ਪੱਤਰਕਾਰ ਇੱਕੋ ਜਿਹੇ ਹੁੰਦੇ ਕਹਿਣਗੇ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡਾ ਪੁੱਤ ਸ਼ਹੀਦ ਹੋਇਆ ਬਈ ਮੈਂ ਤਾਂ ਨਹੀਂ ਕਹੂੰਗਾ ਵੀ ਕਿਸੇ ਨੂੰ ਮਾਣ ਮਹਿਸੂਸ ਹੋਇਆ ਜਿਹੜੀ ਮਾਂ ਦਾ ਪੁੱਤ ਜਾਂਦਾ ਰਹੇ ਉਸ ਮਾਂ ਦਾ ਕੋਈ ਪੁੱਤ ਨਹੀਂ ਬਣ ਸਕਦਾ ਜਿਹੜੀਆਂ ਭੈਣਾਂ ਦਾ ਕੋਈ ਭਰਾ ਜਾਂਦਾ ਰਹੇ ਉਹਦਾ ਕੋਈ ਭਰਾ ਨਹੀਂ ਬਣ ਸਕਦਾ ਇਹ ਵਾਦੂਦੀਆਂ ਗੱਲਾਂ ਹੁਣ ਮੈਂ ਗੱਲ ਇਹ ਸਰਕਾਰ ਨੂੰ ਕਹਿਣ ਲੱਗਿਆ ਕਿ ਯਾਰ ਜਿਹੜੇ ਕਲਾਕਾਰਾਂ ਉਹਨਾਂ ਨੂੰ ਤੁਸੀਂ ਕਦੇ ਝੰਡੇ ਕਦੇ ਕੁਸ਼ ਕਰਦੇ ਆ ਜਿਹੜਾ ਕਦੇ ਕੋਈ ਇੱਥੇ ਜਿਹੜੇ ਮੰਤਰੀ ਆ ਉਹ ਦੇਸ਼ ਦੀ ਜੰਗ ਲੜ ਕੇ ਮਰਦੇ ਆ ਮਾਫੀ ਚਾਹੁੰਨਾ ਕਈ ਆਹੋ ਜੇ ਸਾਡੇ ਮੰਤਰੀ ਆ ਜਿਹੜੀ ਆਪ ਦੀ ਉਮਰ ਹੰਡਾ ਕੇ ਦੁਨੀਆ ਨੂੰ ਛੱਡ ਕੇ ਗਏ ਆ ਉਹਨਾਂ ਅਸੇ ਪਾਸੇ ਸਾਰੇ ਜਿਹੜੇ ਕਹ ਲੋ ਜੇ ਕੋਈ ਪੰਜਾਬ ਦਾ ਚਾਹੇ ਕੋਈ ਹਰਿਆਣੇ ਦਾ ਉਹਨਾਂ ਨੂੰ ਆਖਰੀ ਸਲਾਮੀ ਦਿੰਦੇ ਆ ਕਿ ਨਹੀਂ ਦਿੰਦੇ ਜੇ ਕਰ ਇੱਕ ਲੀਡਰ ਨੂੰ ਸਲਾਮੀ ਮਿਲ ਸਕਦੀ ਆ ਜਿਹੜੇ ਲੀਡਰ ਨੂੰ ਸਲਾਮੀ ਮਿਲਦੀ ਆ ਜਿਨੇ ਦੇਸ਼ ਖਾਤਰ ਕੁਛ ਨਹੀਂ ਕੀਤਾ ਸਿਰ ਭਾਸ਼ਣ ਦਿੱਤੇ ਆ ਓਏ ਉਹਨਾਂ ਨੂੰ ਸਲਾਮੀ ਕਿਉਂ ਨਹੀਂ ਜਿਹੜੇ ਉਹ ਜਾ ਕੇ ਜੰਗਾਂ ਦੇ ਵਿੱਚ ਖੜਦੇ ਆ ਇਹਦਾ ਕੀ ਮਤਲਬ ਹੋਇਆ ਤੁਸੀਂ ਦੱਸੋ ਅੱਜ ਮੈਂ ਛੇਰਸਾਨ ਵਾਲਿਆਂ ਨੂੰ ਇਹ ਕਹਿਣਾ ਕਿ ਜਦੋਂ ਚੈਨ ਵਾਲਿਆਂ ਨਾਲ ਕੁਝ ਰੌਲਾ ਪੈ ਗਿਆ ਜਦੋਂ ਆਪਣੇ ਚੈਨ ਵਾਲਿਆਂ ਦੇ ਨਾਲ ਲੜ ਕੇ ਨੌਜਵਾਨ ਸ਼ਹੀਦ ਹੋਏ ਸੀ ਉਦੋਂ ਇੱਕ ਛੇਰਸਾਨਾਂ ਦਾ ਬੰਦਾ ਸੀ ਕਹਿੰਦਾ ਸਾਰੇ ਚੈਨਾ ਦਾ ਦੁਕਾਨਾ ਬੰਦ ਕਰ ਦੋ ਸਮਾਨ ਛੱਡ ਦੋ ਐ ਕਰ ਦੋ ਉਹ ਕਰ ਦੋ ਫੋਨ ਤੋੜ ਦੋ ਇਹ ਕੁਦੋ ਲੋਕ ਆਵਾਜ਼ ਚੈਨਲ ਆ ਮਾਫੀ ਚਾਹੁੰਨਾ ਪੰਜਾਬੀ ਲੋਕ ਚੈਨਲ ਦਾ ਪੱਤਰਕਾਰ ਸੀ ਉਹ ਕਹਿੰਦਾ ਤੁਹਾਡੇ ਕੋਲ ਫੋਨ ਵੀ ਚੈਨਾ ਦਾ ਪਹਿਲਾ ਪੰਨੂ ਇਹ ਨੂੰ ਫਿਰ ਉਹ ਚੁੱਪ ਹੋ ਗਿਆ ਸੀ ਅੱਜ ਛਿਵਸਨ ਵਾਲਿਓ ਤੁਸੀਂ ਦੱਸੋ ਪੰਜਾਬ ਦੇ ਵਿੱਚ ਵੀ ਰਹਿੰਦੇ ਆ ਅੱਜ ਕਿਉਂ ਨਹੀਂ ਬੋਲਦੇ ਇੱਕ ਮਾਂ ਦਾ ਪੁੱਤ ਗਿਆ ਉਹ ਨਾਲੇ ਮੈਂ ਰੀਡਰਾਂ ਨੂੰ ਕਹਿ ਦੇਵਾਂ ਇਹ ਲੀਡਰਾਂ ਤਰ੍ਹਾਂ ਇਹ ਉਹ ਨੌਜਵਾਨ ਨਹੀਂ ਹੁੰਦੇ ਜਿਹੜੇ ਧੁੰਦਾਂ ਵੇਖ ਕੇ ਪ੍ਰੋਗਰਾਮ ਕੈਨਸਲ ਕਰ ਦੇਣਗੇ ਇਹ ਉਹ ਨਹੀਂ ਕਿ ਜਿਨ੍ਹਾਂ ਦਾ ਸਿਰ ਦੁਖਿਆ ਤੇ ਮੈਥੋਂ ਅੱਜ ਭਾਸ਼ਣ ਨਹੀਂ ਦਿੱਤਾ ਜਾਣਾ ਅੱਜ ਰੈਲੀ ਕੈਨਸਲ ਕਰ ਦੋ ਉਹ ਮਾਨੇ ਛੇਰ ਜੰਮਿਆ ਕਿ ਉਹ ਛੇਰ ਤੋ ਮੈਂ ਮਾਫੀ ਚਾਹੂੰਗਾ ਇਸ ਟਾਈਮ ਇਹ ਗੱਲ ਕਹਿਣ ਲੱਗਿਆ ਸਾਡੇ ਇਸ ਟਾਈਮ ਲੋਕ ਦੇਸ਼ ਦੇ ਗਿੱਦੜ ਬਣ ਚੁੱਕੇ ਆ ਛੇਰਾਂ ਨੂੰ ਗਿੱਦੜਾਂ ਦੀ ਰਾਖੀ ਕਰ ਲਿਆ ਮੈਂ ਕੋਈ ਝੂਠਤਾ ਨਹੀਂ ਕਹਿ ਰਿਹਾ ਜੀ ਛੇਰਾਂ ਨੂੰ ਗਿੱਦੜਾਂ ਦੀ ਰਾਖੀ ਕਰ ਲਿਆ ਵੀ ਆਪਾ ਆਪਾ ਤਾਂ ਗਿੱਦੜ ਹੀ ਹੋਗੇ ਯਾਰ ਆਪੋਨਾ ਖਾਤਰ ਬੋਲ ਨਹੀਂ ਸਕਦੇ ਕਿ 4 ਸਾਲ ਲੱਕੇ ਨੌਕਰੀ ਕਰਨੀ ਆ ਉਦੋਂ ਬਾਅਦ ਨਾ ਕੋਈ ਪੈਨਸ਼ਨ ਉਹ ਤੁਸੀਂ 5 ਸਾਲ ਉੱਥੇ ਮੇਚ ਕੜਕਾ ਕੇ ਮੇਚ ਕੁੱਟ ਕੇ ਉਹ ਤੁਸੀਂ ਫਰੀ ਦੀਆਂ ਗੱਡੀਆਂ ਲੈ ਕੇ ਫਰੀ ਦਾ ਤੇਲ ਲੈ ਕੇ ਗਨਮੈਂ ਲੈ ਕੇ ਤੁਸੀਂ ਉੱਥੇ ਘੁੰਮਦੇ ਆ ਤੁਹਾਡੀਆਂ 84 84000 ਰੁਪਇਆ ਪੈਨਸ਼ਨਾਂ ਲੱਗ ਜਾਂਦੀਆਂ ਐਮਐਲਐਮ ਪੰਗਾਂ ਦਿਗਾ ਤੁਸੀਂ ਕੀ ਕਰਦੇ ਆ ਬਾਈ ਤੁਸੀਂ ਦੱਸੋ ਦੱਸੋ ਤੁਸੀਂ ਸਾਡੇ ਨੌਜਵਾਨ ਵਰਫਾਂ ਦੇ ਵਿੱਚ ਰੋਲਦੇ ਆ ਮੈਂ ਅੱਜ ਇੱਕ ਗੱਲ ਬੜੀ ਟੌਪ ਦੀ ਕਹਿਣ ਲੱਗਿਆ ਉਹਨਾਂ ਚਿਰ ਸਾਡੇ ਨੌਜਵਾਨ ਸ਼ਹੀਦ ਹੋਣੇ ਬੰਦ ਨਹੀਂ ਹੋਣੇ ਜਿੰਨਾ ਚਿਰ ਆ ਮੰਤਰੀਆਂ ਦੇ ਐਮਐਲਐਮ ਪੰਗਾਂ ਦੇ ਬੱਚੇ ਖੁਦ ਜਾ ਕੇ ਉੱਥੇ ਨੌਕਰੀਆਂ ਨਹੀਂ ਲੱਗਦੇ ਮੈਂ ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਹਿਣਾ ਉਹ ਭਲਿਓ ਮਾਨਸੋ ਬਲੀ ਚੜਨ ਵਾਸਤੇ ਤੁਸੀਂ ਰਹੇਗੇ ਨਸ਼ੇ ਦੀ ਨਸ਼ੇ ਤੇ ਤੁਸੀਂ ਸੱਤ ਸਮੁੰਦਰੋਂ ਜਾਣ ਵਾਸਤੇ ਤੁਸੀਂ ਆਹ ਸ਼ਹੀਦੋਂ ਵਾਸਤੇ ਤੁਸੀਂ ਤੁਸੀਂ ਕਿਉਂ ਨਹੀਂ ਐਮਐਲਏ ਐਮਪੀਆਂ ਦੀਆਂ ਕੁਰਸੀਆਂ ਨੂੰ ਹੱਥ ਪਾਉਂਦੇ ਕਿਹੜੀ ਗੱਲੋਂ ਉਹ ਜਦੋਂ ਭਰਾਵਾ ਇਹ ਦੁਨੀਆ ਦੇ ਵਿੱਚੋਂ ਜਾ ਵੜਦਾ ਪਰਿਵਾਰ ਉਹਨੂੰ ਪੁੱਛਦਾ ਕੋਈ ਨਹੀਂਗਾ ਯਾਦ ਰੱਖ ਲੋ ਗੱਲ ਉਹਨੂੰ ਪੁੱਛਦਾ ਕੋਈ ਨਹੀਂ ਹੁਣ ਮੈਂ ਗੱਲ ਦੇਣ ਲੱਗਿਆ ਭਗਵੰਤ ਮਾਨ ਦੀ ਗੱਲ ਦਾ ਜਵਾਬ ਦੇਣ ਲੱਗਿਆ ਉਹ ਕੀ ਆਂਦਾ ਸੀ ਮੈਂ ਤਾਂ ਪਹਿਲੇ ਹੀ ਬੜਾ ਰੋਲਾ ਪਾਇਆ ਸੀ ਮੈਂ ਤਾਂ ਗੱਲ ਸੁਣ ਮੇਰੀ ਅੱਜ ਤੋਂ ਆ 15 16 ਦਿਨ ਪਹਿਲਾਂ ਦੀ ਗੱਲ ਆ ਜਦੋਂ ਆਪਣੇ ਅਮੀਸ਼ਾਹ ਜੀ ਖਣੀ ਪੰਜਾਰ ਚ ਆਏ ਆ ਖਣੀ ਤੁਸੀਂ ਉਹਦੇ ਕੋਲ ਉਹਨਾਂ ਕੋਲ ਗਏ ਆ ਇੱਥੇ ਇੱਥੇ ਰੱਖੀ ਫੋਨ ਮੈਂ ਤੁਰ ਕੇ ਵਿਖਾਉਣਾ ਐ ਤੁਰਦਾ ਸੀ ਤੂੰ ਉਹਦੇ ਨਾਲ ਐ ਕਰਕੇ ਐ ਕਰਕੇ ਉਦੋਂ ਕਿਉਂ ਨਹੀਂ ਦੱਸਿਆ ਥੋੜੇ ਮੁੱਦੇ ਤੁਸੀਂ ਕਰਾਉਣੇ ਹੁਣ ਹੱਲ ਮੈਂਟੋ ਮੈਂਟ ਹੁੰਦੇ ਆ ਫੋਨਾਂ ਤੇ ਤੁਹਾਡੀਆਂ ਗੱਲਾਂ ਜਦੋਂ ਆਉਂਦੇ ਜਦੋਂ ਇੱਥੇ ਆਪਣੇ ਪੀਐਮ ਸਾਹਿਬ ਆਇਆ ਪੰਜਾਬ ਦੇ ਵਿੱਚ ਉਦੋਂ ਕਿੰਨੇ ਢੋਲੇ ਗਏ ਆ ਜਿਵੇਂ ਕੇਸਰੀਵਾਲ ਦੇ ਗਏ ਸੀ ਉਦੋਂ ਇਹ ਗੱਲਾਂ ਕਿਉਂ ਨਹੀਂ ਕੀਤੀਆਂ ਕਿਉਂਕਿ ਭਰਾਵਾ ਸਾਡੇ ਮਰਦੇ ਆ ਸਾਨੂੰ ਪਤਾ ਸਾਡੇ ਵੀ ਰਿਸ਼ਤੇਦਾਰ ਲੱਗੇ ਆ ਫੌਜਾਂ ਦੇ ਵਿੱਚ ਸਾਨੂੰ ਦੁੱਖ ਹੈ ਚੀਦਾ ਯਾਰ ਇਹ ਕੀ ਹੋ ਕੀ ਰਿਹਾ ਜੇ ਰੱਬ ਨਾਲ ਮੈਂ ਕੋਈ ਗੱਲ ਝੂਠ ਨਹੀਂ ਗੀ ਜਦੋਂ ਕੋਈ ਵੀ ਮੰਤਰੀ ਆਪਦੀ ਉਮਰ ਹੰਡਾ ਕੇ ਦੁਨੀਆ ਨੂੰ ਛੱਡ ਕੇ ਜਾਂਦਾ ਮੀਡੀਆ ਤੇ 20-20 ਦਿਨ ਪ੍ਰਚਾਰ ਚੱਲਦਾ ਪੁਰਾਣੇ ਭਾਸ਼ਣ ਚੱਕ ਕੇ ਲਾਏ ਜਾਂਦੇ ਆ ਤੇ ਜਦੋਂ ਨੌਜਵਾਨ ਜਿਹੜਾ ਰਾਖੀ ਮੈਂ ਫਿਰ ਤੋਂ ਕਹਿ ਰਿਆਂ ਪੰਜਾਬਾ ਠੰਡਾ ਜਾਣਗੇ ਹੁਣ ਧੁੰਦਾ ਆਉਣਗੇ ਮਾਵਾਂ ਪਤਾ ਕੀ ਕਹਿਣਗੀਆਂ ਪੁੱਤਾਂ ਨੂੰ ਪੁੱਤ ਰਹਿਣ ਦੇ ਜਾਣ ਨੂੰ ਧੁੰਦ ਬਹੁਤ ਆ ਆ ਮੰਤਰੀ ਘਰੋਂ ਹੀ ਨਿਕਲਦੇ ਛੇਤੀ ਕਿਤੇ ਆ ਪਾਣੀ ਆਇਆ ਕੋਈ ਨਿਕਲਿਆ ਕਰੋ ਛੇਤੀ ਕਿਤੇ ਘਰੇ ਬੈਠੀਆਂ ਦੰਦ ਹਲਾਈ ਗਏ ਜੋ ਚਿੰਗਮ ਖਾਂਦੇ ਹੁੰਦੇ ਆ ਇਹ ਐਂ ਕਰੀ ਗਏ ਆ ਮਹਾਮਾਰੀ ਆਈ ਆ 2020 ਦੇ ਵਿੱਚ ਉਦੋਂ ਘਰਾਂ 'ਚ ਬੈਠੇ ਗੱਲਾਂ ਕਰੀ ਗਏ ਆ ਬਾਹਰ ਨਹੀਂ ਨਿਕਲੇ ਘਰੇ ਬੈਠੇ ਗੱਲਾਂ ਕਰੀ ਗਏ ਆ ਓਏ ਉਹ ਮਾਵਾਂ ਦੇ ਦੇਣੇ ਕੌਣ ਦੇਊਗਾ ਜਿਹੜੀ ਮਾਂ ਨੇ ਆਪਦਾ ਪੁੱਤ ਉਥੇ ਘਲਤਾ ਕੱਲਾ ਕੱਲਾ ਪੁੱਤ ਓਏ ਭਰਾਵੋ ਕੱਲਾ ਕੱਲਾ ਪੁੱਤ ਓਏ ਕੱਲਾ ਕੱਲਾ ਪੁੱਤ ਇੱਥੇ ਮਾਵਾ ਦੇ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਆ ਓਏ ਕੱਲੇ ਕੱਲੇ ਪੁੱਤ ਨਸ਼ੇ ਦੀ ਭੇਟ ਚੜੀ ਜਾਂਦੇ ਆ ਓਏ ਕੱਲੇ ਕੱਲੇ ਪੁੱਤ ਸ਼ਹੀਦ ਹੋਈ ਜਾਂਦੇ ਆ ਸ਼ਹੀਦ ਹੋ ਗਿਆ ਸਾਨੂੰ ਐਨਾ ਦੁੱਖ ਨਹੀਂ ਹੋਇਆ ਪਰ ਜਦੋਂ ਉਹਨੂੰ ਐ ਸਿੱਟ ਗਏ ਤੇ ਮੈਂ ਜਿਹੜਾ ਮਾਨਸਾ ਜ਼ਿਲ੍ਹਾ ਹੀ ਲੱਗਦਾ ਹੋਊਗਾ ਕਿਉਂਕਿ ਮਾਨਸੇ ਜ਼ਿਲ੍ਹੇ ਦਾ ਪਿੰਡ ਆ ਉਹ ਸ ਮਾਨਸੇ ਦੇ ਐਸਐਸਪੀ ਨੂੰ ਮੈਂ ਸਲੂਟ ਕਰਦਾ ਭਰਾਵਾ ਧੰਨਵਾਦ ਆ ਤੇਰਾ ਕਿ ਤੂੰ ਥੋੜਾ ਜਿਹਾ ਗਲਾਸਾ ਦੇਤਾ ਸਾਨੂੰ ਕੀ ਬਠਿੰਡੇ ਦੇ ਵਿੱਚ ਕੋਈ ਸ਼ੌਣੀ ਹੈ ਨਹੀਂਗੀ ਮਾਨਸੇ ਦੇ ਵਿੱਚ ਕੋਈ ਫੌਜੀਆਂ ਦੀ ਸ਼ੌਣੀ ਹੈ ਨਹੀਂਗੀ ਉੱਥੋਂ 4-5 ਕੋਈ 10 ਆਰਮੀ ਵਾਲੇ ਘੱਲ ਕੇ ਯਾਰ ਤੁਸੀਂ ਆਖਰੀ ਸਲਾਮੀ ਦੇ ਦਿੰਦੇ ਯਾ ਗੋਲੀਆਂ ਦੇ ਪੈਸੇ ਮੈਥੋਂ ਲੈ ਲੈਂਦੇ ਕੀ ਸੀ ਹੁਣ ਕੁਝ ਵੀ ਨਹੀਂ ਸੀ ਮਾਂ ਦਾ ਪੁੱਤ ਨਹੀਂ ਮੋੜ ਲੱਗਿਆ ਸੀ ਮੇਰੇ ਫੌਜੀ ਵੀਰੋ ਮੈਂ ਆਪਕੋ ਬੋਲ ਰਹਾ ਹੂੰ ਆਪ ਦੇਖਿਏ ਇਹ ਜੋ ਭਗਵਾਨ ਹੈ ਸਭੀ ਪਰ ਖੜਾ ਹੈ ਇਹ ਹਮਾਰੇ ਪੁਰਾਣੇ ਬਜ਼ੁਰਗ ਬਾਤ ਬੋਲਤੇ ਹੈ ਕਿ ਜੋ ਭਗਵਾਨ ਹੈ ਸਭੀ ਪਰ ਖੜਾ ਹੈ ਮੈਂ ਨਹੀਂ ਚਾਹਤਾ ਕਿ ਆਪਕੇ ਉਪਰ ਕੋਈ ਮਾਰਾ ਸਮਾਏ ਪਰ ਆਪ ਬਾਤ ਬਤਾਏ आप देश के लिए लड़ते हैं अपने परिवार तक पंद्रह पंद्रह साल के लिए छोड़ देते हो चलो ये जो चार सालों वाली तो बात अब हुई है ना अरे भाई साहब आपका माँ बाप कभी आप ड्यूटी पे होते हैं आपका माँ बाप माँ बाप है जो आप जब आप नौकरी पे होते हैं तो आपके माँ बाप का आपको मुंह देखने का समय नहीं मिलता जब वो दुनिया छोड़ता है ارے desh ke liye itna karte ho yaar aap ke liye ye kya kar rahe hain batae aap jin mantr main aaj sade jade colonel journal unnanu binti karta ke bhai inna da band da samman innanu dio ki gall hai main udon bada dukhi hoya jadon do pehna agge odiyan lagiyan si fauji veer diyan te yaar udon bhagwan taman ta keh gaya crore rupiya taiyar pya check ਓਏ ਭਾਈ ਸਾਰਿਆਂ ਦੇ ਜਿਗਰੇ ਤੇਰੇ ਅੱਗੇ ਨਹੀਂ ਵੀ ਪੁੱਤ ਬਾਹਰ ਛੱਡ ਦੇਣਗੇ ਮੇਰੇ ਕੋਲ ਗੱਲ ਆ ਸੱਚੀ ਜਿਹੜੀ ਮਾਂ ਦਾ ਪੁੱਤ ਗਿਆ ਉਹਦੇ ਕੋਲ ਪਲਾ 50 ਕਰੋੜ ਰੱਖ ਦੇ ਜਿਹੜੀ ਮਾਂ ਦਾ ਪੁੱਤ ਨਹੀਂ ਨਾ ਉਹਦੇ ਕੋਲ ਉਹਨੂੰ 50 ਕਰੋੜ ਵੀ ਕਾਟੀਆਂ ਲੱਗਦੀਆਂ ਤੇ ਜਿਹੜੀ ਮਾਂ ਦਾ ਪੁੱਤ ਕੋਲ ਆਵੇ ਕੋਲ 1 ਰੁਪਈਆ ਨਾ ਹੋਵੇ ਉਹਨੂੰ ਉਹਦਾ ਪੁੱਤ ਕੋਈ ਨੂਰ ਹੀਰੇ ਵਰਗਾ ਹੁੰਦਾ 9 ਮਹੀਨੇ ਢਿੱਡ ਚ ਰੱਖਿਆ ਹੋਵੇ ਵੱਡੇ ਬਾਈ ਆਪਣੇ ਕੋਲੋਂ 3 ਕਿਲੋ ਦੀ ਇੱਟ ਨਹੀਂ ਚੱਕੀ ਜਾਂਦੀ ਯਾਦ ਰੱਖੋ ਗੱਲ ਉਹ ਮਾਂ ਦਾ ਦੇਣਾ ਕੋਈ ਕਿਵੇਂ ਦੇ ਸਕਦਾ ਓਦੀਆਂ ਮਾਂ ਦੀਆਂ ਕੋਈ ਆਂਦਰਾਂ ਫਰੋਲੋ ਜਾ ਕੇ ਤੇ ਅੱਜ ਮੈਂ ਇਹ ਵੀ ਗੱਲ ਕਲੀਅਰ ਕਰ ਦੇਣਾ ਬੱਸ ਆ ਵੀਡੀਓ ਬਣ ਗਈ ਆ ਲੋਕ ਵੇਖਣਗੇ ਸਹੀ ਗੱਲ ਆ ਕੋਈ ਸ਼ੇਅਰ ਕਰੂਗਾ ਕੋਈ ਮਾੜਾ ਚੰਗਾ ਬੋਲੂਗਾ ਪਾਲਟੀਆਂ ਵਾਲਾ ਕੋਈ ਦਿੱਕਤ ਨਹੀਂ ਕੋਈ ਛਿਰਸਾਂ ਵਾਲਾ ਮਾੜਾ ਬੋਲੂ ਕੋਈ ਦਿੱਕਤ ਨਹੀਂ ਪਰ ਅੱਗਾ ਦੌੜ ਤੇ ਪਿੱਛਾ ਚੌੜਾ ਵਾਲਾ ਕੰਮ ਹੋ ਜਾਣਾ ਜਿਵੇਂ ਅੱਗੇ ਸਾਡੇ ਨੌਜਵਾਨ ਛੀਦ ਹੁੰਦੇ ਆਏ ਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਵੀ ਗੱਲ ਉਹੀ ਹੋ ਜਾਣੀ ਆ ਪੁੱਛਣਾ ਕਿਸੇ ਨੇ ਬਾਅਦ ਦੇ ਵਿੱਚ ਕੋਈ ਨਹੀਂ ਤੇ ਰੁੱਲਦਾ ਰਹੂਗਾ ਪਰਿਵਾਰ ਜਿਹੜੇ ਕਹਿੰਦੇ ਆ ਛੀਦ ਹੋ ਗਿਆ ਛੀਦ ਹੋ ਗਿਆ ਕਹਿੰਦੀਆਂ ਗੱਲਾਂ ਪਰ ਭਾਈ ਬੰਦਾ ਸਨਮਾਨ ਇਹਨਾਂ ਨੂੰ ਦਿੱਤਾ ਜਾਵੇ ਸਾਡਾ ਪੰਜਾਬ ਦੇ ਜਿਹੜੇ ਨੌਜਵਾਨ ਆ ਚਾਹੇ ਉਹ ਪੰਜਾਬ ਹਰਿਆਣਾ ਯੂਪੀ ਬਿਹਾਰ ਦੇ ਮੈਨੂੰ ਕੋਈ ਦਿੱਕਤ ਨਹੀਂ ਫੌਜੀਆ ਨੂੰ ਬੰਦਾ ਉਹਨਾਂ ਦਾ ਸਨਮਾਨ ਦਿੱਤਾ ਜਾਵੇ ਫੌਜੀ ਤੇ ਡਰਾਈਵਰ ਇਹਨਾਂ ਦੀ ਮੈਂ ਇੱਕੋ ਜੀ ਜੂਨ ਸਮਝਦਾ ਜਿਹੜੇ ਟਰੱਕ ਡਰਾਈਵਰ ਆ ਚਲੋ ਠੀਕ ਆ ਕੁਝ ਮਾਰੇ ਵੀ ਹੁੰਦੇ ਆ ਪਰ ਇਹ ਵਿਚਾਰੇ ਧੁੰਦਾਂ ਦੇ ਵਿੱਚ ਡਿਊਟੀ ਕਰਦੇ ਡਰਾਈਵਰ ਹੋਏ ਤੇ ਧੁੰਦ ਗਰਮੀ ਸਰਦੀ ਇਹ ਨਹੀਂ ਵੇਂਦੇ ਆ ਫੌਜੀ ਹੋਏ ਇਹਨਾਂ ਰਸਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਵੀ ਕਹੂੰਗਾ ਸਲੂਟ ਇਹਨਾਂ ਨੂੰ ਜਰੂਰ ਦਿਆ ਕਰੋ ਇੱਕ ਇਹਨਾਂ ਦੀ ਪਰਮਾਤਮਾ ਜਿੰਦਗਾਨੀ ਬਖਸ਼ੇ ਆਪਾਂ ਤਾਂ ਧੁੰਦਾਂ ਚ ਬਾਹਰ ਨਹੀਂ ਨਿਕਲਦੇ ਆ ਲੀਡਰ ਜਦੋਂ ਧੁੰਦ ਬੋਤਾ ਅੱਜ ਕੈਨਸਲ ਕਰ ਦੋ ਪ੍ਰੋਗਰਾਮ ਉਹ ਨਹੀਂ ਕੈਨਸਲ ਕਰਦੇ ਓਏ ਉਹ ਨਹੀਂ ਕੈਨਸਲ ਕਰਦੇ ਸਾਡੇ ਚੌਂਕੀਦਾਰ ਹੋਣ ਸਾਡੇ ਸਾਡੇ ਮਾਲਕਾਂ ਦੇ ਹੁਕਮ ਸੁਣਾਉਂਦੇ ਹੋ ਚੌਂਕੀਦਾਰ ਤੁਸੀਂ ਕਹਦੇ ਆ ਤੁਸੀਂ ਮਾਰਕ ਬਣ ਕੇ ਬਹਿ ਗਏ ਆ ਅੱਜ ਸ਼ਿਵਸਣ ਵਾਲੇ ਬੋਲਣ ਜਿਹੜੇ ਕਦੇ ਉਦੋਂ ਬੋਲਦੇ ਹੁੰਦੇ ਸੀ ਅੱਜ ਕਿਹੜੀ ਗੱਲੋਂ ਚੁੱਪਾ ਜਵਾਬ ਦਿਓ ਭਗਵਾਨ ਤੁਮਨ ਕੋਈ ਆਮੀਸ਼ਾ ਜੀ ਤੁਹਾਡੇ ਤੋਂ ਬਾਹਰ ਨਹੀਂ ਗਏ ਕੋਈ ਮੋਦੀ ਸਾਹਿਬ ਤੁਹਾਡੇ ਤੋਂ ਬਾਹਰ ਨਹੀਂ ਗਏ ਉਹਨਾਂ ਨਾਲ ਗੱਲ ਕਰੋ ਕਿ ਭਾਈ ਉਹਨਾਂ ਦਾ ਸਨਮਾਨ ਉਹਨਾਂ ਨੂੰ ਬੰਦਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੇ ਲੋਕੋ ਜਾਂ ਮੇਰੇ ਫੌਜੀ ਵੀਰੋ ਮੈਂ ਕੁਝ ਗਲਤ ਬੋਲ ਗਿਆ ਵਾਂ ਉਹਦੇ ਵਾਸਤੇ ਮਾਫੀ ਚਾਹੁੰਨਾ